ਲੋਕ ਸਭਾ ਚੋਣਾਂ 'ਚ ਇਸ ਵਾਰ ਚੌਕੀਦਾਰ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਕੋਈ ਚੌਕੀਦਾਰ ਨੂੰ ਚੋਰ ਕਹਿ ਰਿਹਾ ਹੈ ਅਤੇ ਕੋਈ ਇਮਾਨਦਾਰ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਵੀਆਂ ਪੋਸਟਾਂ ਵੀ ਪਾਈਆਂ ਜਾ ਰਹੀਆਂ ਹਨ। ਪਰ ਇਸ ਸਾਲ ਚੌਕੀਦਾਰਾਂ ਦੇ ਅਕਸ ਨੂੰ ਢਾਹ ਜ਼ਰੂਰ ਲੱਗੀ ਹੈ। ਲੁਧਿਆਣਾ ਦੇ ਨੋਟਰੀ ਕਲੱਬ ਵਿੱਚ ਚੌਕੀਦਾਰਾਂ ਨੇ ਇਕੱਤਰ ਹੋ ਕੇ ਕਿਹਾ ਕਿ ਉਹਨਾਂ ਦੇ ਉੱਤੇ ਸਿਆਸਤ ਕਰਨੀ ਬੰਦ ਕੀਤੀ ਜਾਵੇ। ਚੌਕੀਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਚਾਂਡੇ ਆਪਣੇ ਸਾਥੀਆਂ ਸਣੇ ਪਹੁੰਚੇ ਹੋਏ ਸਨ। ਉਹਨਾਂ ਕਿਹਾ ਕਿ ਦੇਸ਼ ਦੇ ਚੌਕੀਦਾਰ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਨੇ, ਪਰ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੋ ਕਿ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ। ਉਹਨਾਂ ਕਿਹਾ ਕਿ ਇਸ ਸੰਬੰਧੀ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਚੁੱਕੇ ਹਨ। ਸਾਡੀ ਮੁੱਖ ਮੰਗ ਇਹ ਵੀ ਆ ਵੀ ਅਸੀਂ ਦੇਸ਼ ਦਾ ਜਿਹੜਾ ਚੌਕੀਦਾਰ ਨੂੰ ਚੋਰ ਕਹਿੰਦੇ ਆ, ਸਾਰੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਇਹ ਬੇਨਤੀ ਵੀ ਕਰਦੇ ਹਾਂ ਅਤੇ ਚੋਣ ਕਮਿਸ਼ਨ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਵੇ ਵੀ ਸਾਨੂੰ ਇਹ ਚੌਕੀਦਾਰਾਂ ਨੂੰ ਚੋਰ ਨਾ ਕਹਿਣ। ਇਹ ਹਦਾਇਤ ਹੋਣੀ ਚਾਹੀਦੀ ਵੀ ਜਿਹੜਾ ਚੌਕੀਦਾਰ ਆ ਉਹੀ ਆਪਦੇ ਨਾਂ ਦੇ ਮੂਹਰੇ ਚੌਕੀਦਾਰ ਲਾ ਸਕਦਾ, ਜਿਹੜਾ ਦੂਸਰਾ ਬੰਦਾ ਉਹ ਬੰਦਾ ਚੌਕੀਦਾਰ ਨਹੀਂ ਲਾ ਸਕਦਾ, ਉਹਨੂੰ ਕੋਈ ਅਧਿਕਾਰ ਨਹੀਂ ਹੈਗਾ। ਇਹ ਗੱਲ ਕਾਨੂੰਨ ਵੀ ਕਹਿੰਦਾ, ਸਾਡਾ ਸੰਵਿਧਾਨ ਵੀ ਕਹਿੰਦਾ ਇਹ ਗੱਲ ਵੀ ਉਹਨੂੰ ਅਧਿਕਾਰ ਆ, ਜਿਹੜਾ ਬੰਦਾ ਕਿਸੇ ਅਹੁਦੇ 'ਤੇ ਹੈਗਾ ਉਹ ਆਪਦੇ ਅਹੁਦੇ ਦਾ ਨਾਂ ਵਰਤ ਸਕਦਾ, ਦੂਜੇ ਅਹੁਦੇ ਦਾ ਨਾਂ ਨਹੀਂ ਵਰਤ ਸਕਦਾ। ਠੀਕ ਹੈ ਨਾ, ਹਰ ਜਗ੍ਹਾ 'ਤੇ ਸਾਨੂੰ ਚੌਕੀਦਾਰਾਂ ਨੂੰ ਚੋਰ ਕਹਿ ਰਿਹਾ ਵੀ ਅਸੀਂ ਚੌਕੀਦਾਰ, ਉਹ ਚੌਕੀਦਾਰ ਸ਼ਖਸੀਅਤ ਮੇਰੇ ਨਾਲ ਖੜੀਆਂ ਨੇ ਸਾਰੀਆਂ, ਜਿਨ੍ਹਾਂ ਨੇ ਪਹਿਲਾਂ ਵੀ ਪੰਚਾਇਤਾਂ ਦੇ ਪੈਸੇ ਵਾਪਸ ਕਰਾਏ ਨੇ, ਜੋ ਕਿ ਠੱਗੀਆਂ ਮਾਰੀਆਂ ਸੀ ਪੰਚਾਇਤਾਂ ਨੇ ਇੰਦਰਾ ਵਿਕਾਸ ਯੋਜਨਾ ਦੇ ਸੰਬੰਧ ਦੇ ਵਿੱਚ। ਮੈਂ ਵੀ ਉਹਦੇ ਵਿੱਚੋਂ 20,000 ਰੁਪਇਆ ਸਾਡੇ ਝਾਂਡੇ ਪੰਡੀ ਪੰਚਾਇਤ ਤੋਂ ਵਾਪਸ ਕਰਾਇਆ ਗਿਆ। ਜੇ ਬਿਜ਼ਨਸ ਡਿਪਾਰਟਮੈਂਟ ਨੇ ਉਹਨਾਂ ਤੋਂ ਨਹੀਂ ਪਰਚਾ ਦਰਜ ਕੀਤਾ ਤਾਂ ਸਾਡਾ ਉਹਦੇ ਚੌਕੀਦਾਰਾਂ ਦਾ ਕੀ ਕਸੂਰ ਆ? ਮੇਰੇ ਕੋਲ ਪੂਰਾ ਰਿਕਾਰਡ ਪਿਆ, ਠੀਕ ਹੈ ਜੀ, ਸਾਰਾ ਰਿਕਾਰਡ ਮੈਂ ਦਿਖਾ ਸਕਦਾ। ਹਰ ਬਦਨਾਮੀ ਕੀਤੀ ਜਾ ਰਹੀ ਇੱਕ ਤਰ੍ਹਾਂ ਇਸ ਕੰਮ ਦੇ ਵਿੱਚ, ਅਸੀਂ ਰਾਤ ਨੂੰ ਵੀ ਰਾਖੀ ਕਰਦੇ ਹਾਂ, ਦਿਨੇ ਵੀ ਰਾਖੀ ਕਰਦੇ ਹਾਂ, ਅਤੇ ਸਾਡੀ ਇਸ ਗੱਲ ਨਾਲ ਸਾਡੇ ਸ਼ਰੀਕੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਜਦੋਂ ਸਾਨੂੰ ਚੌਕੀਦਾਰ ਚੋਰ ਕਿਹਾ ਜਾਂਦਾ ਤਾਂ ਪਿੰਡ ਦੇ ਵਿੱਚ, ਸਾਰੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਚੌਕੀਦਾਰਾਂ ਦਾ ਸ਼ਰਮ ਦੇ ਨਾਲ ਸਿਰ ਝੁਕਦਾ। ਬਹੁਤ ਬੜੀ ਦੁੱਖ ਦੀ ਗੱਲ ਹੈ, ਦਰਦ ਹੁੰਦਾ ਕਿ ਇੱਕ ਚੌਕੀਦਾਰ ਇਮਾਨਦਾਰ ਹੋਣ ਦੇ ਨਾਤੇ ਉਹਨੂੰ ਆਮ ਸਿਆਸੀ ਪਾਰਟੀਆਂ ਚੌਕੀਦਾਰ ਚੌਕੀਦਾਰ ਲਿਖ ਕੇ ਉਹਦੀ ਚੌਕੀਦਾਰ ਦੀ ਬਦਨਾਮੀ ਕਰਦੀਆਂ ਨੇ ਵੀ ਚੌਕੀਦਾਰ ਚੋਰ ਆ। ਕੀ ਮੰਗ ਕੀ ਕਰਦੇ? ਅਤੇ ਮੰਗ ਸਾਡੀ ਮੌਕੇ ਇਹ ਆ ਵੀ ਜੋ ਸਾਨੂੰ ਪੰਚਾਇਤਾਂ ਵਾਲੀਆਂ ਸਰਕਾਰ ਵਾਲੀਆਂ 1947 ਦੇ ਵਿੱਚ ਰਿਕਾਰਡ ਮਿਲਿਆ ਸੀ ਜਨਮ ਮੌਤ ਦੇ ਸਰਟੀਫਿਕੇਟ ਬਣਾ ਕੇ ਦੇਣ ਦਾ, ਉਹ ਸਾਨੂੰ ਦੁਬਾਰੇ ਬਣਨਾ ਚਾਹੀਦਾ। ਜੇ ਸਾਡੇ ਚੌਕੀਦਾਰ ਸਾਹਿਬਾਨ ਕਿਸੇ ਡਿਸਪੈਂਸਰੀ ਦੇ ਵਿੱਚ ਕਿਸੇ ਬੱਚੇ ਦਾ ਜਨਮ ਲਿਖਾਉਣ ਜਾਂਦੇ ਹਨ ਅਤੇ ਉੱਥੇ ਮੌਕੇ ਦੀ ਜਿਹੜੇ ਡਾਕਟਰ ਸਾਹਿਬ ਬੈਠੇ ਆ ਉਹ ਉਹਨਾਂ ਨੂੰ ਕਹਿੰਦਾ ਛੋਟਾ ਕੋਈ ਕੰਮ ਨਹੀਂ, ਤੁਸੀਂ ਬਾਹਰ ਚੱਲੋ। ਹਾਲਾਂਕਿ ਉਹ ਜਿਹੜੇ ਡਾਕਟਰ ਸਾਹਿਬ ਹੁੰਦੇ ਆ ਉਹ 30-35 ਸਾਲ ਦੇ ਹੁੰਦੇ ਆ, ਚੌਕੀਦਾਰ ਸਾਹਿਬ 60-70 ਸਾਲ ਦੇ ਹੁੰਦੇ ਆ, ਉਹਨਾਂ ਦੀ ਇਸ ਤਰ੍ਹਾਂ ਨਾਲ ਬੇਇੱਜ਼ਤੀ ਹੋ ਰਹੀ ਆ। ਅਤੇ ਸਾਡੀਆਂ ਦੂਜੀਆਂ ਤਨਖਾਹਾਂ ਦੇ ਸੰਬੰਧ ਵਿੱਚ ਆ, ਜਦੋਂ ਪੇ ਕਮਿਸ਼ਨ ਬੈਠਦਾ ਬਾਕੀ ਤਨਖਾਹਾਂ ਵੱਧਦੀਆਂ ਨੇ ਅਤੇ ਸਾਡੇ ਚੌਕੀਦਾਰਾਂ ਦਾ ਮਾਣ ਪਤਾ ਜਾਂ ਤਨਖਾਹ ਕਦ ਨਹੀਂ ਵੱਧਦੀ ਅਤੇ ਇਹਨਾਂ ਦੇ ਵੱਲ ਕਦ ਨਹੀਂ ਗੌਰ ਕੀਤੀ ਜਾਂਦੀ। ਇਸ ਮੁੱਦੇ 'ਤੇ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਜਾਂ ਕਦੇ ਮੋਦੀ ਨੇ ਇਹ ਗੱਲ ਨਹੀਂ ਕਹੀ ਵੀ ਮੈਂ 12 ਲੱਖ ਰੁਪਏ ਤਨਖਾਹ ਲੈਂਦਾ ਜਾਂ ਮੈਂ 19 ਲੱਖ ਰੁਪਏ ਤਨਖਾਹ ਲੈਂਦਾ ਜਾਂ ਮੇਰਾ ਦਿਹਾੜੀ ਦਾ ਇੰਨਾ ਖਰਚਾ ਵੀ ਚੌਕੀਦਾਰਾਂ ਦਾ ਵੀ ਇੱਕ ਦਿਨ ਦਾ ਖਰਚਾ ਸੋਚ ਕੇ ਦੇਖੀਏ ਵੀ ਉਹ 1200 ਰੁਪਏ ਦੇ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਨਗੇ। ਠੀਕ ਹੈ ਨਾ, ਕਦੇ ਸੋਚਣਾ ਚਾਹੀਦਾ, 5-4 ਰਹੇ ਆ ਉਹ ਕਦੇ ਸੋਚਣਾ ਚਾਹੀਦਾ ਉਹਨੂੰ ਇਹ ਗੱਲ ਵੀ ਚੌਕੀਦਾਰਾਂ ਦੇ ਬਾਰੇ ਮੈਂ ਸੋਚਾਂ ਕੁਛ। ਠੀਕ ਹੈ ਨਾ, ਸਾਈਕਲ 'ਤੇ ਚੜ੍ਹਨ ਤੋਂ ਪਹਿਲਾਂ ਸਾਈਕਲ ਦੀ ਚੈਨ ਚੈੱਕ ਕਰਨੀ ਚਾਹੀਦੀ ਆ ਵੀ ਮੈਂ ਸਾਈਕਲ 'ਤੇ ਚੜ੍ਹਦਾ ਅਤੇ ਸਾਈਕਲ ਦੀ ਚੈਨ ਠੀਕ ਆ। ਅਤੇ ਚੌਕੀਦਾਰ ਬਣ ਗਿਆ ਤਾਂ ਚੌਕੀਦਾਰ ਦੀਆਂ ਮੰਗਾਂ ਕਿਹਨੇ ਮੰਨਣੀਆਂ? ਜਿਹੜੇ ਅਸੀਂ ਸੰਮਨ ਲੈ ਕੇ ਜਾਂਦੇ ਹਾਂ, ਜਦੋਂ ਅਸੀਂ ਕਿਸੇ ਘਰ ਸੰਮਨ ਲੈ ਕੇ ਜਾਂਦੇ ਹਾਂ ਲੱਗਾ ਇਹ ਤੁਸੀਂ ਇਹ
ਚੰਮਣ ਲੈ ਕੇ ਸਾਡੇ ਘਰੇ ਆ ਗਏ। ਸਾਡੇ ਬੱਚੇ ਦਾ ਤੁਸੀਂ ਜਨਮ ਕਦ ਨਹੀਂ ਲਿਖਿਆ। ਜਦੋਂ ਡਿਸਪੈਂਸਰੀਆਂ ਜਾਂਦੇ ਹਾਂ ਉੱਥੇ ਸਾਡੀ ਫਿਰ ਉਹੀ ਮੁੱਦਾ ਆ ਜਾਂਦਾ ਬਈ ਤੁਸੀਂ ਇੱਥੇ ਸਾਨੂੰ ਕੋਈ ਅਧਿਕਾਰ ਨਹੀਂ, ਸਾਨੂੰ ਸਰਕਾਰ ਨੇ ਹਦਾਇਤਾਂ ਕੀਤੀਆਂ। ਅੱਜ ਤੱਕਰ ਕਿਸੇ ਚੌਕੀਦਾਰ ਨੂੰ ਕੋਈ ਸਰਕਾਰ ਨੇ ਇਹ ਚਿੱਠੀ ਨਹੀਂ ਕੱਢੀ ਬਈ ਤੁਸੀਂ ਜਨਮ ਔਰ ਮੌਤ ਦੇ ਸਰਟੀਫਿਕੇਟ ਫਲਾਨੀ ਜਗ੍ਹਾ ਜਮ੍ਹਾਂ ਕਰਾ ਦਿਓ, ਤੁਹਾਡਾ ਕੋਈ ਅਧਿਕਾਰ ਨਹੀਂ ਹੈਗਾ। ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਅਸੀਂ ਜਲਦੀ ਤੋਂ ਜਲਦੀ ਹਾਈ ਕੋਰਟ ਦਾ ਦਰਵਾਜ਼ਾ ਖੋਲ੍ਹਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।